ਕੌਡੀ 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 ਕੌਡੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ। ਅਤੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ, ਪਾਲੀ ਨੇ ਆਪਣੇ ਅਫੀਸ਼ੀਅਲ ਪੇਜ ਤੋਂ ਲਾਈਵ ਹੋ ਕੇ ਦੱਸਿਆ ਕਿ ਉਹ 1 ਫਰਵਰੀ ਨੂੰ ਸਿਹਾੜ ਦੇ ਮੇਲੇ 'ਤੇ ਖੇਡਣ ਆ ਰਿਹਾ, ਅਤੇ ਸਲਹਾਰਾ ਰਣੂਆਂ ਦੀ ਸਾਰੀ ਟੀਮ ਉੱਥੇ ਪਹੁੰਚ ਰਹੀ ਹੈ। ਅਤੇ ਦੇਖੋ ਲਾਈਵ ਆ ਕੇ ਪਾਲੇ ਨੇ ਦੱਸਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਪਾਲਾ ਜਲਾਲਪੁਰ। ਬੇਨਤੀ ਕਰਨੀ ਸੀ 1 ਫਰਵਰੀ 2024 ਨੂੰ ਪਿੰਡ ਸਿਹਾਲ ਜ਼ਿਲ੍ਹਾ ਸੰਗਰੂਰ ਬਹੁਤ ਵੱਡਾ ਆਲ ਓਪਨ ਦਾ ਕਬੱਡੀ ਕੱਪ ਹੋਣ ਜਾ ਰਿਹਾ, ਜਿਹਦੇ 'ਚ ਫਸਟ ਪ੍ਰਾਈਜ਼ 2 ਲੱਖ ਅਤੇ ਸੈਕਿੰਡ 1.5 ਲੱਖ ਅਤੇ ਬੈਸਟ ਪਲੇਅਰਾਂ ਲਈ 1 ਲੱਖ। ਅਤੇ ਇਹ ਆਪਣਾ ਭਰਾ ਮੱਘਾ ਡਾਕਟਰ ਵੱਲੋਂ ਤਾਂ ਆਪਣੇ ਵੱਲੋਂ ਸਾਰਿਆਂ ਨੂੰ ਖੁੱਲ੍ਹੇ ਸੱਦੇ ਆ, ਆਪਣਾ ਘਰ ਦਾ ਮੇਲਾ ਆ। ਆਪਣੀ ਸਾਰੀ ਟੀਮ ਸਲਹਾਰਾ ਰਣੂਆਂ ਵੀ ਪਹੁੰਚੂਗੀ, ਚੋਟੀ ਦੀਆਂ 8 ਨਾਮਵਰ ਟੀਮਾਂ ਖੇਡਣਗੀਆਂ। ਅਤੇ ਸਾਰੇ ਭਰਾ ਨੋਟ ਕਰਿਓ ਅਤੇ ਜ਼ਰੂਰ ਪਹੁੰਚਿਓ ਜੀ 1 ਫਰਵਰੀ 2024 ਨੂੰ। ਧੰਨਵਾਦ। ਦੋਸਤੋ, ਇਸ ਕਬੱਡੀ ਕੱਪ 'ਤੇ ਜੱਗੂ ਹਾਕਮ ਵਾਲੀਆ ਵੀ ਪਹੁੰਚ ਰਿਹਾ ਹੈ। ਉਹ ਗੱਲ ਹੋਣੀ ਆ ਕਿ ਲੱਗਦਾ ਮਾਨਸੇਵਾਲ ਦਾ ਲਾਊ ਟੌਪ ਦੇ ਜੱਫੇ ਜੱਗੂ ਦੇ ਫੈਨਾਂ ਲਈ ਇਹ ਬਹੁਤ ਵਧੀਆ ਖਬਰ ਹੈ ਕਿ ਜੱਗੂ ਵੀ ਉੱਥੇ ਪਹੁੰਚ ਰਿਹਾ ਹੈ। ਪੂਰੇ ਸ਼ਾਨਦਾਰ ਮੁਕਾਬਲੇ ਹੋਣੇ, ਟੱਕਰਪੁਰ ਦੀ ਟੀਮ ਸ਼ਾਜੀ ਫਰਿਆਦ ਅਰਗੇ ਅਤੇ ਦੀਪਤ ਵਰਜੀ ਅਰਗੇ ਸੁਪਰਸਟਾਰ ਖਿਡਾਰੀ ਪਹੁੰਚਣਗੇ। ਅਤੇ ਅੰਬਾ ਵੀ ਪਹੁੰਚ ਰਿਹਾ ਇਸ ਕਬੱਡੀ ਕੱਪ 'ਤੇ, ਪੂਰੇ ਟੌਪ ਦੇ ਮੁਕਾਬਲੇ ਦੇਖਣ ਨੂੰ ਮਿਲਣਗੇ ਇਸ ਕਬੱਡੀ ਕੱਪ 'ਤੇ। ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।